ਹਰੋ ਜੀ ਅੱਜ ਆਪਾਂ ਨਾਸੀ ਬਣਾਉਣ ਲੱਗੇ ਆਂ ਸਬਜ਼ੀਆਂ ਦੇ ਨਾਲ ਇਹਦੇ ਲਈ ਆਪਾਂ ਇੱਕ ਪਾਨ ਦੇ ਵਿੱਚ ਥੋੜਾ ਜਿਹਾ ਤੇਲ ਪਾ ਲਿਆ ਆ ਤੇ ਤੇਰੇ ਦੇ ਵਿੱਚ ਹਮੇਸ਼ਾ ਵੈਜੀਟੇਬਲ ਜਿਹੜਾ ਸੂਰਜਮੁਖੀ ਦਾ ਉਹੀ ਐਡ ਕਰਨਾ ਚਾਹੀਦਾ ਉਹਦੀ 스మెਲ ਨਹੀਂ ਆਉਂਦੀ ਹੈਗੇ ਜਿੱਦਾਂ ਆਪਾਂ ਜਦੋਂ ਚੌਲਾਂ ਦੇ ਵਿੱਚ ਇਹਨਾਂ ਨੂੰ ਪਾਉਂਦੇ ਆਂ ਜਿੱਦ ਬਾਕੀ ਦੂਜਿਆਂ ਤੇਲ ਦੀ ਧਕੇ ਦੀ ਵਗੈਰਾ ਦੀ 스మెਲ ਆਉਣ ਲੱਗ ਜਾਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਪਾ ਲਿਆ ਆ ਨਾਲ ਹੀ ਆਪਾਂ ਥੋੜਾ ਜਿਹਾ ਕਨਫਲੋਕ ਪਾ ਕੇ ਤੇ ਗਾਜਰਾਂ ਨੂੰ ਛੋਟੇ ਛੋਟੇ ਕੱਟ ਲਿਆ ਆ ਗਾਜਰਾ ਐਡ ਕਰਨ ਤੋਂ ਬਾਅਦ ਜਦੋਂ ਥੋੜੀਆਂ ਜਿਹੀਆਂ ਭੁੱਜ ਗਈਆਂ ਨਾਲ ਹੀ ਆਪਾਂ ਥੋੜੀਆਂ ਜੀਆਂ ਬੀਨਸ ਜਿਹੜੀਆਂ ਹਰਿਆ ਫਲੀਆਂ ਹੁੰਦੀਆਂ ਆ ਉਹਨਾਂ ਨੂੰ ਬਰੀਕ-ਬਰੀਕ ਕੱਟ ਕੇ ਪਾ ਲਿਆ ਤੇ ਦੋ ਕੁ ਮੈਂ ਸੈਲਰੀ ਦੇ ਪੱਤੇ ਜਿਹੜੇ ਆ ਉਹ ਲੈ ਲਈਆਂ ਸੀਗੀਆਂ ਉਹਦੀਆਂ ਡੰਡੀਆਂ ਜੀਆਂ ਉਹ ਕੱਟ ਕੇ ਪਾ ਲਈਆਂ ਆ ਉਹਨਾਂ ਨੂੰ ਪੁੰਨ ਲਿਆ ਤੇ ਹੁਣ ਆਪਾਂ ਪਿਆਜ਼ ਥੋੜੇ ਵੱਡੇ-ਵੱਡੇ ਕੱਟੇ ਆ ਨਾਲ ਸ਼ਿਮਲਾ ਮਿਰਚਾਂ ਥੋੜੀਆਂ ਵੱਡੀਆਂ-ਵੱਡੀਆਂ ਕੱਟੀਆਂ ਸੀਗੀਆਂ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਹੋਣ ਇਹਦੇ ਵਿੱਚ ਭੁੰਨ ਲੈਣਾ ਆ ਕ ਬੰਦ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਉਣਾ ਆ ਥੋੜਾ ਜਿਹਾ ਜਦੋਂ ਪਿਆਜ਼ ਪਾ ਲੈ ਕਿ ਥੋੜਾ ਜਿਹਾ ਇਹ ਹੋ ਜਾਣਾ ਇਹਦੇ ਨਾਲ ਹਨਾ ਤੇ ਜਦੋਂ ਇਹ ਹੋ ਗਏ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਟਾਲੀਅਨ ਕਰਾਉ ਦਪਾਵਾਂਗੇ ਤੇ ਥੋੜੀ ਜਿਹੀ ਲਾਲ ਮਿਰਚਾਂ ਧਨੀਆ ਮਸਾਲਾ ਤੇ ਇੱਕ ਚੁਟਕੀਕ ਹਲਦੀ ਸਿਰਫ ਇਹਦਾ ਕਲਰ ਜਿਹਾ ਚੇਂਜ ਕਰਨ ਲਈ ਤੇ ਹੁਣ ਜਦੋਂ ਇਹ ਭੁੱਜ ਗਿਆ ਤੇ ਫਿਰ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਿਉਰੀ ਥੋੜੀ ਜਿਹੀ ਸੋਇਆ ਸੌਸ ਤੇ ਇੱਕ ਮਾਈਨਸ ਕੇਚੱਪ ਜਿਹੜੀ ਆਉਂਦੀ ਆ ਥੋੜੀ ਜਿਹੀ ਇੱਕ ਇੱਕ ਚਮਚਾ ਜਿੱਦਾਂ ਇਹ ਐਡ ਕਰਾਂਗੇ ਤੇ ਬਹੁਤ ਸੋਹਣੀ ਬਣਦੀ ਇਹ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਸਬਜ਼ੀਆਂ ਪਾ ਕੇ ਨਾਲੇ ਬੱਚੇ ਸਬਜ਼ੀਆਂ ਵੀ ਖਾ ਲੈਂਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਉਬਲੇ ਹੋਏ ਚੌਲ ਐਡ ਕਰ ਦੇਣੇ ਆ ਬਹੁਤ ਵਧੀਆ ਬਣਦੀ ਆ ਟਰਾਈ ਕਰਕੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਟਰਾਈ ਕਰਿਓ ਥੈਂਕ ਯੂ ਦੇਖਣ ਲਈ ਜੇ ਲਾਈਕ ਜ਼ਰੂਰ ਕਰਿਓ ਜੇ ਵਧੀਆ ਲੱਗੀ ਤਾਂ